आम बंदे दी बस दी सब्जी खाना गल ही नहीं रह गई। जिहड़ा हुण आम बंदा 300 रुपया दिहाड़ी वाला 100 दे उत्ते टमाटर होई सब्जी लऊ आटा की लैके जाऊ, उह तां अपने परिवार नूं रोटी नहीं खवा सकदा, बाकी जरूरतां कित्थों पूरियां करू घर। हिंदुस्तान के कई होरना सूबिया वांगू पंजाब च भी मानसून शुरू होने तो पहला ही बारिश शुरू हो गई सी। दिल्ली, यूपी, हिमाचल ते उत्तराखंड ते होरना सूबिया च भी भारी मीह पै रहा है। लगातार मीह कारण देश भर दी मंडियां च हाल ही च टमाटर दी कीमतां 10 तो 20 रुपए प्रति किलो वध के 80 तो 100 रुपए प्रति किलो हो गई ने। माहिरां दा कहना है कि इस साल वख-वख कारणां करके टमाटर की बिजाई पिछले साल के मुकाबले घट हुई है, पर मानसून की बारिश ना होने करके फसलां सुक के मुरझा गई। जे गल करिए कर्नाटक की, तो इस दी राजधानी बेंगलुरु च टमाटर दी कीमतां आसमान छू रही ने, क्योंकि लगातार मीह ने फसल नूं नुकसान पहुंचाया अते आवाजाई नूं मुश्किल बना दिता है। बेंगलुरु के एक बाजार च टमाटर की कीमत 100 रुपए प्रति किलो तक पहुंच गई अते व्यापारियों ने कहा कि भारी मीह कारण फसल नूं नुकसान पिया। उधर उत्तर प्रदेश के कानपुर की मंडी च जिथे एक हफ्ता पहला 40 तो 50 रुपए किलो टमाटर विक रहा सी, अते उही टमाटर हुण 100 रुपए किलो विक रहा है, जदों कि दिल्ली च 80 रुपए किलो टमाटर विक रहा है। उत्तर प्रदेश के कानपुर च जरूरी सब्जियां दी भारी किल्लत आम लोकां दे जेबां उत्ते बोझ पा रही है। थोक भा 80 तो 90 रुपए प्रति किलो है अते परचून दुकानां ते टमाटर 100 रुपए प्रति किलो विक रहे ने। विक्रेताओं दा कहना है कि महज 10 दिनां च कीमतां वध गईआं ने अते होर भी वधण दी संभावना है। सब्जियां नूं गरीब बंदा की करे, जिन्हां रोजी रोजी कमाई करनी आ, खाणा रसके वाले अही भी उहनां रसका पाउंदे आ, घर मां दुकान लाई दी आ ਤੇ ਉਹਦੇ ਵਿੱਚ ਵੀ ਨਹੀਂ ਫਾਇਦਾ ਕੋਈ, ਤੇ ਹੁਣ ਦੁਕਾਨਾਂ ਵਾਲੇ ਜਿਹੜੇ ਉਹ ਵੀ ਕਹਿੰਦੇ ਅਸੀਂ ਲੈਣ ਜਾਈਏ ਤੇ ਕਹਿੰਦੇ ਮਹਿੰਗੀ ਆ। ਬਹੁਤ ਸਸਤੀ, ਇੱਕ ਹਫ਼ਤਾ ਹੋ ਗਿਆ 20 ਰੁਪਏ ਕਿਲੋ ਸੀ, ਘੀਆ ਤੋਰੀ ਕਰੇਲੇ 20 ਰੁਪਏ ਸੀ, ਤੇ ਹੁਣ 15 ਰੁਪਏ ਪਾ ਦੱਸਣ ਡੇ, ਹੁਣ 60 ਰੁਪਏ ਕਿਲੋ ਦੱਸਣ ਡੇ ਆ। ਹੁਣ ਰੇਟ ਪਹਿਲਾਂ ਤਾਂ ਮਤਲਬ ਹੈਗਾ ਸੀ ਕੋਈ ਟਮਾਟਰ 10 ਰੁਪਏ ਕਿਲੋ, ਪਹਿਲੇ 10 ਗੁਣਾ ਵੱਧ ਗਿਆ ਰੇਟ, 100 ਕਿਲੋ ਟਮਾਟਰ ਚੱਲਦਾ ਪਿਆ, ਅਤੇ ਸਾਡੀ ਸੇਲ 'ਤੇ ਵੀ ਬੜਾ ਅਸਰ ਪੈਂਦਾ, ਅਤੇ ਲੋਕਾਂ ਦੀ ਰਸੋਈ 'ਤੇ ਬੜਾ ਅਸਰ ਪੈਂਦਾ ਹੈ। ਇਸ ਕਰਕੇ ਲੋਕ ਜਿਹੜੇ ਨੇ, ਜਿਹਨਾਂ ਕਿਲੋ ਖੜਨਾ ਉਹ ਪਾ ਲੱਗ ਜਾਂਦਾ, ਜਿਹਨਾਂ ਦੋ ਕਿਲੋ ਖੜਨਾ ਅੱਧਾ ਲੱਗ ਜਾਂਦਾ ਹੈ। ਲੋਕਾਂ ਨੂੰ ਬੜੀ ਮੁਸ਼ਕਿਲ ਹੋਈ ਪਈ ਹੈ, ਅਤੇ ਸਾਨੂੰ ਵੀ ਬੜੀ ਇਸ ਚੀਜ਼ ਦੀ ਮੁਸ਼ਕਿਲ ਹੋਈ ਪਈ ਹੈ ਕਿ ਟਮਾਟਰ ਜਾਂ ਬਾਕੀ ਸਬਜ਼ੀਆਂ ਵੀ ਜਿਹੜੀਆਂ ਹੈਗੀਆਂ, ਭਿੰਡੀ, ਕਰੇਲਾ, ਟਿੰਡਾ, ਜੋ ਵੀ ਹੈ, 80 ਰੁਪਏ ਕਿਲੋ, 100 ਰੁਪਏ ਕਿਲੋ ਸੌਦੇ ਹੋਏ ਪਏ ਨੇ। ਆਮ ਬੰਦੇ ਦੀ ਬਸ ਦੀ ਸਬਜ਼ੀ ਖਾਣਾ ਗੱਲ ਹੀ ਨਹੀਂ ਰਹਿ ਗਈ। ਜਿਹੜਾ ਹੁਣ ਆਮ ਬੰਦਾ 300 ਰੁਪਇਆ ਦਿਹਾੜੀ ਵਾਲਾ 100 ਦੇ ਉੱਤੇ ਟਮਾਟਰ ਹੋਈ ਸਬਜ਼ੀ ਲਊ ਆਟਾ ਕੀ ਲੈ ਕੇ ਜਾਊ, ਉਹ ਤਾਂ ਆਪਣੇ ਪਰਿਵਾਰ ਨੂੰ ਰੋਟੀ ਨਹੀਂ ਖਵਾ ਸਕਦਾ, ਬਾਕੀ ਜ਼ਰੂਰਤਾਂ ਕਿੱਥੋਂ ਪੂਰੀਆਂ ਕਰੂ ਘਰ। ਅਤੇ ਹੁਣ ਗੱਲ ਕਰੀਏ ਪੰਜਾਬ ਅਤੇ ਚੰਡੀਗੜ੍ਹ ਦੀ, ਜਿੱਥੇ ਸਬਜ਼ੀਆਂ ਦੀਆਂ ਕੀਮਤਾਂ ਦਾ ਵੇਰਵਾ ਤੁਹਾਨੂੰ ਦੱਸ ਦਿੰਦੇ ਹਾਂ। ਆਲੂ ਅਤੇ ਪਿਆਜ਼ ਦੀ ਕੀਮਤ 30 ਰੁਪਏ ਤੋਂ 35 ਰੁਪਏ ਤੱਕ ਹੋ ਗਈ ਹੈ। ਟਮਾਟਰ ਦੀ ਕੀਮਤ 30 ਰੁਪਏ ਵੱਧ ਕੇ 70 ਤੋਂ 80 ਰੁਪਏ ਤੱਕ ਹੋ ਗਈ ਹੈ। ਉੱਥੇ ਹੀ ਸੇਮ ਦੀ ਕੀਮਤ 40 ਤੋਂ 60 ਰੁਪਏ ਹੈ। ਬੈਂਗਣ ਦੀ ਕੀਮਤ 30 ਰੁਪਏ ਤੋਂ ਵੱਧ ਕੇ 40 ਤੋਂ 50 ਰੁਪਏ ਤੱਕ ਪਹੁੰਚ ਗਈ ਹੈ। ਤੋਰੀ ਦੀ ਗੱਲ ਕਰੀਏ ਤਾਂ 60 ਰੁਪਏ ਤੱਕ ਕਿਲੋ ਪਹੁੰਚ ਗਈ ਹੈ। ਘੀਏ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 30 ਰੁਪਏ ਵੱਧ ਕੇ 60 ਰੁਪਏ ਯਾਨੀ ਕਿ ਦੁੱਗਣੀ ਹੋ ਗਈ ਹੈ। ਕੱਦੂ ਦਾ ਭਾਅ 20 ਰੁਪਏ ਤੋਂ 40 ਰੁਪਏ ਤੱਕ ਪਹੁੰਚ ਗਿਆ। ਸ਼ਿਮਲਾ ਮਿਰਚ ਦੀ ਕੀਮਤ ਲਗਭਗ 3 ਗੁਣਾ ਵੱਧ ਗਈ ਹੈ ਯਾਨੀ ਕਿ 20 ਰੁਪਏ ਤੋਂ 60 ਰੁਪਏ ਤੱਕ ਹੋ ਗਈ ਹੈ। ਉੱਥੇ ਹੀ ਫੁੱਲ ਗੋਭੀ ਦੀ ਕੀਮਤ ਵੀ 40 ਰੁਪਏ ਤੋਂ ਵੱਧ ਕੇ 80 ਰੁਪਏ ਤੱਕ ਆ ਗਈ ਹੈ। ਮੌਨਸੂਨ ਅਤੇ ਮੀਂਹ ਕਾਰਨ ਸਬਜ਼ੀਆਂ ਦੇ ਭਾਅ ਵਧੇਰੇ ਵੱਧ ਗਏ ਨੇ, ਜਿਸ ਕਾਰਨ ਲੋਕਾਂ ਦੀ ਜੇਬ ਉੱਤੇ ਭਾਰੀ ਅਸਰ ਪੈ ਰਿਹਾ ਹੈ।